ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ SSP ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਜੀ ਢਿੱਲੋਂ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ 'ਚ ਕਿਸੇ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਹਾਂ ਉਹਦੀ ਸੇਲ ਆਪਾਂ ਨਹੀਂ ਹੋਣ ਦੇਣੀ। ਇਸੇ ਦੇ ਕੰਸਰਨ 'ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟ ਆ ਉਹਨਾਂ ਨੇ ਵੀ 144 ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਹੈ ਗੱਟੂ ਡੋਰ ਨੂੰ ਪਾਬੰਦ ਕੀਤਾ ਗਿਆ ਹੈ ਕਿ ਵੀ ਇੱਥੇ ਪੂਰਨ ਰੂਪ 'ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫੋਰ ਕਾਈਟ ਫਲਾਇੰਗ। ਅਤੇ ਇਸੇ ਦੀ ਕੜੀ 'ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 'ਚ, ਜਿੱਥੇ ਆਪਾਂ ਛਾਪਾਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਹੈ। ਅਤੇ ਇਹਦੇ ਬਾਅਦ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 'ਚ। ਅਤੇ ਇਹਦੇ 'ਚ ਇੱਕ ਜਿਹੜਾ ਇੰਡੀਵਿਜੁਅਲ ਹੈ ਸਤਨਾਮ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਨੂੰ ਅਰੈਸਟ ਵੀ ਕੀਤਾ। ਅਤੇ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਲੋਹੜੀ ਆ ਰਹੀ ਹੈ, ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ 'ਚ ਇਨਵੋਲਵ ਹੋ ਜਾਂਦੇ ਆ, ਕਿ ਇਸ ਤਰ੍ਹਾਂ ਉਹ ਨਾ ਕਰਨ, ਇਹ ਤੋਂ ਗੁਰੇਜ਼ ਕਰਨ, ਕਿਉਂਕਿ ਆਲਰੇਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸ 'ਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਡੋਰ ਹੈ ਇਹ ਜਾਨਲੇਵਾ, ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ, ਸੀਰੀਅਸ ਇੰਜਰੀਜ਼ ਹੋ ਸਕਦੀਆਂ। ਅਤੇ ਇਸ ਲਈ ਇਹਦਾ ਇਸਤੇਮਾਲ ਜਿਹੜਾ ਉਹ ਜਿਹੜੇ ਕਾਈਟ ਫਲਾਇੰਗ ਵਾਲੇ ਬਿਲਕੁਲ ਨਾ ਕਰਨ, ਅਤੇ ਜਿਹੜੇ ਵੇਚ ਰਹੇ ਆ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ, ਅਦਰਵਾਈਜ਼ ਆਪਾਂ ਅੱਗੇ ਹੋਰ ਆਪਣੀ ਮੁਹਿੰਮ ਤੇਜ਼ ਕਰਾਂਗੇ ਅਤੇ ਹੋਰ ਵੀ FIRs ਆਪਾਂ ਲੌਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਜਾਂ ਉਹਨੂੰ ਇਲੀਗਲੀ ਵੇਚ ਰਿਹਾ ਉਹ, ਜੋ ਕਿ ਪਾਬੰਦਿਤ ਜਿਹੜੀ ਹੈ ਉਹ ਚੀਜ਼ ਹੈ। ਅਤੇ ਇਸ ਲਈ ਇਹਨੂੰ ਇਹ ਕੋਈ ਵੀ ਇਸ ਦੀ ਸੇਲ ਤੋਂ ਗੁਰੇਜ਼ ਕਰੇ ਅਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ। ਹਾਂਜੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਲਰੇਡੀ SSP ਸਾਹਿਬ ਦੀ ਡਾਇਰੈਕਸ਼ਨ ਕਲੀਅਰ ਹੈ ਅਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨ ਪਾਸ ਕੀਤੀ, ਉਹਨਾਂ ਦੀ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ, ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਅਤੇ ਉਹ ਫਿਰ ਆਪਾਂ ਉਹਨੂੰ ਕਨਫਿਸਕੇਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਬਣਦੀ ਕਾਰਵਾਈ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦੇਵਾਂਗੇ, ਕਿਉਂਕਿ ਆਲਰੇਡੀ 144 ਦੀ ਧਾਰਾ ਇੱਥੇ DC ਸਾਹਿਬ ਨੇ ਲਗਾ ਰੱਖੀ ਹੈ ਅਤੇ ਇਹਨੂੰ ਕੋਈ ਵੀ ਨਾ ਤਾਂ ਸਟੋਰ ਕਰ ਸਕਦਾ, ਨਾ ਇਹਨੂੰ ਕੋਈ ਸੇਲ ਕਰ ਸਕਦਾ ਅਤੇ ਨਾ ਹੀ ਇਹਨੂੰ ਕੋਈ ਫਲਾਇੰਗ 'ਚ ਯੂਜ਼ ਕਰ ਸਕਦਾ। ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਮਾਨਯੋਗ SSP ਪਠਾਨਕੋਟ ਸ਼੍ਰੀ ਦਲਜਿੰਦਰ ਸਿੰਘ ਜੀ ਢਿੱਲੋਂ ਦੇ ਆਦੇਸ਼ ਬਿਲਕੁਲ ਕਲੀਅਰ ਹੈ ਕਿ ਵੀ ਪਠਾਨਕੋਟ 'ਚ ਕਿਸੇ ਵੀ ਪ੍ਰਕਾਰ ਦੀ ਆਪਾਂ ਸਿੰਥੈਟਿਕ ਡੋਰ ਜਿਹਨੂੰ ਆਪਾਂ ਗੱਟੂ ਕਹਿੰਦੇ ਹਾਂ ਉਹਦੀ ਸੇਲ ਆਪਾਂ ਨਹੀਂ ਹੋਣ ਦੇਣੀ। ਇਸੇ ਦੇ ਕੰਸਰਨ 'ਚ ਜਿਹੜੇ ਡਿਪਟੀ ਕਮਿਸ਼ਨਰ ਪਠਾਨਕੋਟ ਆ ਉਹਨਾਂ ਨੇ ਵੀ 144 ਦੀਆਂ ਪਾਵਰਾਂ ਯੂਜ਼ ਕਰਦੇ ਹੋਏ ਜਿਹੜੀ ਹੈ ਗੱਟੂ ਡੋਰ ਨੂੰ ਪਾਬੰਦ ਕੀਤਾ ਗਿਆ ਹੈ ਕਿ ਵੀ ਇੱਥੇ ਪੂਰਨ ਰੂਪ 'ਚ ਪਾਬੰਦੀ ਲਗਾਈ ਹੈ ਕਿ ਵੀ ਗੱਟੂ ਡੋਰ ਦੀ ਸੇਲ ਨਹੀਂ ਹੋ ਸਕਦੀ ਫੋਰ ਕਾਈਟ ਫਲਾਇੰਗ। ਅਤੇ ਇਸੇ ਦੀ ਕੜੀ 'ਚ ਸਾਡੇ ਕੋਲ ਇਨਫੋਰਮੇਸ਼ਨ ਸੀ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 'ਚ, ਜਿੱਥੇ ਆਪਾਂ ਛਾਪਾਮਾਰੀ ਕਰਕੇ 15 ਗੱਟੂ ਜਿਹੜੇ ਬਰਾਮਦ ਕੀਤੇ ਹੈ। ਅਤੇ ਇਹਦੇ ਬਾਅਦ ਮੁਕੱਦਮਾ ਨੰਬਰ 8 ਅੰਡਰ ਸੈਕਸ਼ਨ 188 ਜਿਹੜਾ ਉਹ ਆਪਾਂ ਦਰਜ ਕੀਤਾ ਪੁਲਿਸ ਸਟੇਸ਼ਨ ਡਿਵੀਜ਼ਨ ਨੰਬਰ 2 'ਚ। ਅਤੇ ਇਹਦੇ 'ਚ ਇੱਕ ਜਿਹੜਾ ਇੰਡੀਵਿਜੁਅਲ ਹੈ ਸਤਨਾਮ ਸਿੰਘ ਉਰਫ ਅਮਨ ਪੁੱਤਰ ਰਣਜੀਤ ਸਿੰਘ ਨੂੰ ਅਰੈਸਟ ਵੀ ਕੀਤਾ। ਅਤੇ ਮੈਂ ਨਾਲ ਹੀ ਇਹ ਦੱਸ ਦੇਣਾ ਚਾਹੁੰਦਾ ਕਿ ਜਿਸ ਤਰ੍ਹਾਂ ਹੁਣ ਲੋਹੜੀ ਆ ਰਹੀ ਹੈ, ਕਈ ਦੁਕਾਨਦਾਰ ਜਿਹੜੇ ਆ ਉਹ ਗੱਟੂ ਦੀ ਸੇਲ 'ਚ ਇਨਵੋਲਵ ਹੋ ਜਾਂਦੇ ਆ, ਕਿ ਇਸ ਤਰ੍ਹਾਂ ਉਹ ਨਾ ਕਰਨ, ਇਹ ਤੋਂ ਗੁਰੇਜ਼ ਕਰਨ, ਕਿਉਂਕਿ ਆਲਰੇਡੀ ਗਵਰਨਮੈਂਟ ਆਫ ਪੰਜਾਬ ਦੀ ਡਾਇਰੈਕਸ਼ਨਸ ਇਸ 'ਤੇ ਬਹੁਤ ਕਲੀਅਰ ਹੈ ਕਿ ਵੀ ਗੱਟੂ ਜਿਹੜੀ ਸਿੰਥੈਟਿਕ ਡੋਰ ਹੈ ਇਹ ਜਾਨਲੇਵਾ, ਇਹਦੇ ਨਾਲ ਕਿਸੇ ਨੂੰ ਜਾਨੀ ਨੁਕਸਾਨ ਹੋ ਸਕਦਾ, ਸੀਰੀਅਸ ਇੰਜਰੀਜ਼ ਹੋ ਸਕਦੀਆਂ। ਅਤੇ ਇਸ ਲਈ ਇਹਦਾ ਇਸਤੇਮਾਲ
ਜਿਹੜਾ ਉਹ ਜਿਹੜੇ ਕਾਈਟ ਫਲਾਈਂਗ ਵਾਲੇ ਬਿਲਕੁਲ ਨਾ ਕਰਨ, ਅਤੇ ਜਿਹੜੇ ਵੇਚ ਰਹੇ ਆ ਉਹ ਇਹਨੂੰ ਬਿਲਕੁਲ ਵੀ ਨਾ ਮਤਲਬ ਵੇਚਣ, ਅਦਰਵਾਈਜ਼ ਆਪਾਂ ਅੱਗੇ ਹੋਰ ਆਪਣੀ ਮੁਹਿੰਮ ਤੇਜ਼ ਕਰਾਂਗੇ ਅਤੇ ਹੋਰ ਵੀ FIRs ਆਪਾਂ ਲੌਂਚ ਕਰਾਂਗੇ ਜਿੱਥੇ ਵੀ ਆਪਾਂ ਨੂੰ ਇਨਫੋਰਮੇਸ਼ਨ ਮਿਲਦੀ ਹੈ ਗੱਟੂ ਕਿਸੇ ਨੇ ਅਗਰ ਸਟੋਰ ਕੀਤਾ ਜਾਂ ਉਹਨੂੰ ਇਲੀਗਲੀ ਵੇਚ ਰਿਹਾ ਉਹ, ਜੋ ਕਿ ਪਾਬੰਦਿਤ ਜਿਹੜੀ ਹੈ ਉਹ ਚੀਜ਼ ਹੈ। ਅਤੇ ਇਸ ਲਈ ਇਹਨੂੰ ਇਹ ਕੋਈ ਵੀ ਇਸਦੀ ਸੇਲ ਤੋਂ ਗੁਰੇਜ਼ ਕਰੇ ਅਤੇ ਇਹਨੂੰ ਇਸਤੇਮਾਲ ਕਰਨ ਤੋਂ ਵੀ ਗੁਰੇਜ਼ ਕਰੇ। ਹਾਂਜੀ, ਜਿਸ ਤਰ੍ਹਾਂ ਕਿ ਮੈਂ ਤੁਹਾਨੂੰ ਦੱਸਿਆ ਕਿ ਆਲਰੇਡੀ SSP ਸਾਹਿਬ ਦੀ ਡਾਇਰੈਕਸ਼ਨਸ ਕਲੀਅਰ ਹੈ ਅਤੇ ਆਪਾਂ ਹਰ ਇੱਕ ਪੁਲਿਸ ਸਟੇਸ਼ਨ 'ਚ ਡਾਇਰੈਕਸ਼ਨਸ ਪਾਸ ਕੀਤੀ, ਉਹਨਾਂ ਦੀ ਆਪਣੀ ਲੈਵਲ ਦੀ ਉਹਨਾਂ ਨੇ ਟੀਮਾਂ ਗਠਿਤ ਕੀਤੀਆਂ ਹੋਈਆਂ, ਕਿਉਂਕਿ ਜਿਹੜਾ ਵੀ ਇਹਨੂੰ ਉਡਾਊਗਾ ਗੱਟੂ ਨੂੰ ਉਹਦੀ ਵੀ ਆਪਣੇ ਕੋਲ ਇਨਫੋਰਮੇਸ਼ਨ ਆ ਜਾਂਦੀ ਹੈ ਅਤੇ ਉਹ ਫਿਰ ਆਪਾਂ ਉਹਨੂੰ ਕਨਫਿਸਕੇਟ ਕਰਾਂਗੇ ਔਰ ਉੱਤੇ ਫਿਰ ਜਿੱਦਾਂ ਮੈਂ ਤੁਹਾਨੂੰ ਦੱਸਿਆ ਬਣਦੀ ਕਾਰਵਾਈ 188 ਦਾ ਫਿਰ ਆਪਾਂ ਪਰਚਾ ਜਿਹੜਾ ਉਹ ਦੇਵਾਂਗੇ, ਕਿਉਂਕਿ ਆਲਰੇਡੀ 144 ਦੀ ਧਾਰਾ ਇੱਥੇ DC ਸਾਹਿਬ ਨੇ ਲਗਾ ਰੱਖੀ ਹੈ ਅਤੇ ਇਹਨੂੰ ਕੋਈ ਵੀ ਨਾ ਤਾਂ ਸਟੋਰ ਕਰ ਸਕਦਾ, ਨਾ ਇਹਨੂੰ ਕੋਈ ਸੇਲ ਕਰ ਸਕਦਾ ਅਤੇ ਨਾ ਹੀ ਇਹਨੂੰ ਕੋਈ ਫਲਾਇੰਗ 'ਚ ਯੂਜ਼ ਕਰ ਸਕਦਾ।